ਕਾਦੀਆਂ ਦੀ ਸਬਜ਼ੀ ਮੰਡੀ ਵਿੱਚ ਆਰ. ਪੀ. ਸਿੰਘ ਐਂਡ ਸੰਜ ਵੱਲੋਂ ਮਾਰਕੀਟ ਕਮੇਟੀ ਕਾਦੀਆਂ ਦੇ ਸਖਤਰ ਉੱਪਰ ਪੈਸੇ ਲੈ ਕੇ ਲਾਇਸੈਂਸ ਬਣਾਉਣ ਦੇ ਦੋਸ਼ ਲਗਾਏ ਗਏ। ਇਸ ਮੌਕੇ ਮਾਰਕੀਟ ਕਮੇਟੀ ਕਾਦੀਆਂ ਦੇ ਸਖਤਰ ਵੱਲੋਂ ਦੋਸ਼ਾਂ ਨੂੰ ਨਕਾਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਦੋਸ਼ ਲਗਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ। ਸਖਤਰ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨਾ ਅਤੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਦੀਆਂ ਤੋਂ ਰਾਜਵੀਰ ਕੌਰ ਦੀ ਵਿਸ਼ੇਸ਼ ਰਿਪੋਰਟ ਇੰਡੀਆ ਕ੍ਰਾਈਮ ਨਿਊਜ਼ ਹਾਂਜੀ ਪਾਜੀ ਕੀ ਪਰੇਸ਼ਾਨੀ ਤੁਹਾਨੂੰ ਪਿਛਲੇ 16 ਸਾਲਾਂ ਤੋਂ ਆਪਾਂ ਕਾਦੀਆਂ ਸਬਜ਼ੀ ਮੰਡੀ ਨਵੀਂ ਸਬਜ਼ੀ ਮੰਡੀ ਵਿੱਚ ਕੰਮ ਕਰ ਰਹੇ ਹਾਂ ਇੱਥੇ ਸਾਨੂੰ ਸੈਕਟਰੀ ਜਿਹੜਾ ਨਵਾਂ ਸੈਕਟਰੀ ਕਾਦੀਆਂ ਆਏ ਨੇ ਜੋ 2 ਸਾਲੋਂ ਕਹਿ ਰਹੇ ਹਨ ਤੰਗ ਕਰਦੇ ਸਾਨੂੰ ਆ ਕਰੋਨਾ ਵਾਇਰਸ ਕਰਕੇ ਲਾਇਸੈਂਸ ਨਵੇਂ ਬਣਨੇ ਸੀ ਸ਼ਵੀਰ ਦਾ ਇਹਨੇ 10 ਵਜੇ ਦਾ ਖਿਲਾੜਿਆ ਦਾ ਤੇ ਹੁਣ ਐਂਡ ਤੇ ਜਾਂਦਾ ਕਿ 20000 ਰੁਪਏ ਲੈ ਕੇ ਆਓ ਤੇ ਲਾਇਸੈਂਸ ਲੈ ਲਿਓ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਨੂੰ ਲਾਇਸੈਂਸ ਲੈ ਲੈਣੇ ਸਾਡੇ ਕੋਲ ਪੈਸੇ ਨਹੀਂ ਬਣੇ ਸਾਨੂੰ ਐਂਡ ਤੇ ਆਂਦਾ ਆਪਣਾ ਅੱਡਾ ਚੁੱਕ ਲਓ ਤੇ ਲਾਇਸੈਂਸ ਲੈ ਲਓ ਦੱਸੋ ਜੀ ਅੱਡਾ ਹੀ ਬਸ ਬਾਕੀ ਤੁਹਾਡੇ ਲੱਗੇ ਜਿਹੜੇ ਉਹਨਾਂ ਨੂੰ ਲਾਇਸੈਂਸ ਮਿਲ ਗਿਆ ਸਾਰਿਆਂ ਨੂੰ ਲਾਇਸੈਂਸ ਮਿਲ ਗਿਆ ਤੁਹਾਡੇ ਲੱਗੇ ਜਿਹਨਾਂ ਨੂੰ ਕੋਈ ਕਿਸੇ ਉਤਰਾਜ ਨਹੀਂ ਜਿੰਨੇ ਜਿੰਨਾਂ ਨੇ ਪੈਸੇ ਦੇ ਦਿੱਤੇ ਉਹਨਾਂ ਨੂੰ ਲਾਇਸੈਂਸ ਮਿਲ ਤੁਹਾਨੂੰ ਕਿਉਂ ਨਹੀਂ ਲਾਇਸੈਂਸ ਦੇ ਰਿਹਾ ਹਾਂ ਦੋ ਇਹ ਲਾਇਸੈਂਸ ਕਹਿ ਰਿਹਾ ਕਿ ਤੁਸੀਂ ਆਪਣਾ ਅੱਡਾ ਚੁੱਕੋ ਇੱਥੋਂ ਤੇ ਫਿਰ ਲਾਇਸੈਂਸ ਦੇਣਾ ਦੋ ਤਿੰਨ ਜਾਣੇ ਆੜਤੀਆਂ ਨੇ ਪੈਸੇ ਦੇ ਕੇ ਇਹਨਾਂ ਆਡੇ ਬਾਰੇ ਹਾਂਜੀ ਸਰ ਇੱਕ ਆਰ ਪੀ ਐਂਡ ਸੰਸ ਕੰਪਨੀ ਵਾਲੇ ਜਿਹੜੇ ਨੇ ਇੱਥੇ ਤੁਹਾਡੇ ਮਾਰਕੀਟ ਕਮੇਟੀ ਚ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਉਹਨਾਂ ਕੋਲ ਪੈਸੇ ਲੈ ਰਹੇ ਲਾਇਸੈਂਸ ਬਣਾਉਣ ਵਾਸਤੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਓ ਦੁ ਉਹਦੇ ਵਿੱਚ ਇਹ ਹੈ ਜੀ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਗਰਦਾਸਪੁਰ ਜੇਲੋਂ ਆਦੇਸ਼ ਪ੍ਰਾਪਤ ਹੋਇਆ ਕਿ ਜਿਹੜੇ ਸੈਕਟਰੀ ਮਾਰਕੀਟ ਮਿਟੀ ਨੇ ਉਹ ਆਪੋ ਆਪਣੀ ਮਾਰਕੀਟ ਕਮੇਟੀਆਂ ਦੇ ਵਿੱਚ ਜਿਸ ਤਰ੍ਹਾਂ ਆੜਤੀ ਹੈ ਨੇ ਜਾਂ ਜਿਹੜੇ ਸਬਜ਼ੀ ਦੇ ਵਕਰੇਤਾ ਨੇ ਜਿਹੜੇ ਡੋਰ ਟੂ ਡੋਰ ਜਾ ਕੇ ਤੇ ਸਿਰੇ ਸਬਜ਼ੀ ਨੂੰ ਆਪਣਾ ਘਰਾਂ ਦੇ ਵਿੱਚ ਪਹੁੰਚਾਉਣਗੇ ਉਹਨਾਂ ਦੇ ਜਿਹੜੇ ਕੁਝ ਮੰਡੀ ਦੇ ਵਿੱਚ ਮੈਂ ਲਾਇਸੈਂਸ ਜਿਹੜੇ ਜਾਰੀ ਕੀਤੇ ਆ ਤੇ ਇਸੇ ਤਰ੍ਹਾਂ ਮੈਂ ਕੁਝ ਜਿਹੜੇ ਸ਼ਹਿਰ ਦੇ ਰੇੜੀ ਫੜੀ ਵਾਲੇ ਆ ਉਹਨਾਂ ਦੇ ਵੀ ਕੁਛ ਜਿਹੜਿਆ ਉਹ ਲਾਇਸੈਂਸ ਜਿਹੜਾ ਆਪਣਾ ਕਰਫਿਊ ਪਾਸ ਜਿਹੜਿਆ ਉਹ ਜਾਰੀ ਕੀਤੇ ਆ ਇਸ ਸਬੰਧੀ ਮੈਂ ਆਪਣਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਕੀਤੀ ਗਿਆ ਹਦਾਇਤ ਅਨੁਸਾਰ ਤੇ ਆਪਣੇ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਅੱਜ ਸਬਜ਼ੀ ਮੰਡੀ ਵਿੱਚ ਮੈਂ ਅੱਜ ਮਿਸਪੈਲਟੀ ਦੇ ਕੋਈ 6 ਕੇ 7 ਜਿਹੜੇ ਕਰਮਚਾਰੀ ਮਂਗਾਏ ਸੀ ਤਾਂ ਤੋਂ ਜਿਹੜਾ ਕੋਰੋਨਾ ਵਾਇਰਸ ਜਿਹੜੀ ਲਾ ਮਸਾਲ ਇੱਕ ਬਿਮਾਰੀ ਚੱਲੀ ਆ ਰਹੀ ਆ ਉਹਦਾ ਕੋਈ ਹੱਲ ਕੀਤਾ ਜਾ ਸਕੇ ਤੇ ਸਬਜ਼ੀ ਮੰਡੀ ਦੀ ਸਫਾਈ ਕੀਤੀ ਜਾ ਸਕੇ ਜਦੋਂ ਮੈਨੂੰ ਮੰਡੀ ਸੁਪਰਵਾਈਜ਼ਰ ਆਪਣਾ ਦਾ ਫੋਨ ਆਇਆ ਕਿ ਸਰ ਤੁਸੀਂ ਮੰਡੀ ਵਿੱਚ ਆਓ ਆਪਾਂ ਸਫਾਈ ਦਾ ਨਿਰੀਖਣ ਕਰਦੇ ਆ ਮੈਂ ਉਹਨਾਂ ਦੇ ਨਾਲ ਸਬਜੀ ਮੰਡੀ ਵਿੱਚ ਜਦੋਂ ਗਿਆ ਵਾਂ ਅਜੇ ਮੈਂ ਆਪਣਾ ਥੋੜਾ ਉਪਰਾਂ ਫੜ ਦੇ ਉਪਰ ਚੜਿਆ ਹੀ ਆ ਤੇ ਇਹਨਾਂ ਨੇ ਦੂਰੋਂ ਮੈਨੂੰ ਕਹਿਣਾ ਸ਼ੁਰੂ ਕਰਤਾ ਸੈਕਟਰੀ ਸਾਹਿਬ ਤੁਹਾਡਾ ਮੈਂ ਤੁਸੀਂ 20000 ਮੰਗਦੇ ਹੋ ਮੈਂ 15000 ਤੁਹਾਡਾ ਤਿਆਰ ਕੀਤਾ ਮੈਂ ਉਹਨੂੰ ਪੁੱਛਿਆ ਵੀ ਕਿਸ ਗੱਲ ਦਾ ਉਸ ਸਮੇਂ ਮੇਰੀ ਇਹਨਾਂ ਨਾਲ ਕਾਫੀ ਦੂਰੀ ਸੀਗੀ ਇਸ ਮੌਕੇ ਤੇ ਇੱਕ ਗੁਰਜੈਂਟ ਸਿੰਘ ਜਿਹੜਾ ਆੜਤੀ ਆ ਉਹ ਵੀ ਮੇਰੇ ਨਾਲ ਸੀਗਾ ਉਹਨੇ ਮੈਨੂੰ ਆਪਣਾ ਬੁਰਾ ਭਲਾ ਕਿਹਾ ਵੀ ਸੈਕਟਰੀ ਸਾਹਿਬ ਨੇ ਅਸੀਂ ਵੀ ਲਾਇਸੈਂਸ ਬਣਾਇਆ ਵਾ ਸੈਕਟਰੀ ਸਾਹਿਬ ਨੇ ਕਿਸੇ ਕੋ ਕੋ ਪੈਸਾ ਨਹੀਂ ਲਿਆ ਤੇ ਇੱਥੇ ਮੈਨੂੰ ਨੇ ਹਰਾਸਮੈਂਟ ਕੀਤਾ ਜਿਹੜੀ ਮੈਂ ਸਫਾਈ ਕਰ ਰਿਹਾ ਸੀਗਾ ਮੈਨੂੰ ਪਰੇਸ਼ਾਨੀ ਪਾਇਆ ਮੇਰੀ ਡਿਊਟੀ ਵਿੱਚ ਉਹਨੇ ਵਿਗੜਨ ਪਾਇਆ ਵਾ ਮੈਨੂੰ ਧਮਕੀਆਂ ਦਿੱਤੀਆਂ ਇਸ ਤੋਂ ਇਲਾਵਾ ਜਿਨ੍ਹਾਂ ਨੇ ਮੈਂ ਲਾਇਸੈਂਸ ਅੱਜ ਜਾਰੀ ਕੀਤੇ ਦਫ਼ਤਰ ਵਿੱਚ ਉਹ ਕਾਫੀ ਵੱਡੀ ਤਰ੍ਹਾਂ ਚ ਇੱਥੇ ਖੜੇ ਸੀਗੇ ਮੈਂ ਇੱਕ ਵੀਡੀਓ ਵੀ ਉਹਨਾਂ ਦੀ ਤਿਆਰ ਕੀਤੀ ਆ ਜੋ ਮੈਂ ਤੁਹਾਨੂੰ ਦੇ ਰਿਹਾ ਵਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਸਕੱਤਰ ਕਮੇਟੀ ਵੱਲੋਂ ਸਾਡੇ ਕੋਲ ਇਹਨਾਂ ਕਰਸੂ ਪਾਸ ਬਣਾਉਂਦਾ ਕੋਈ 20000 ਰੁਪਏ ਨੇ ਲਿਆ ਤੇ ਨਾ ਅਸੀਂ ਚਾਹਦਾ ਕਾਪੀ ਪਿਆ ਲਿਆ ਉਹਨਾਂ ਨੇ ਬਾਹਾਂ ਖੜੀਆਂ ਕਰਕੇ ਇਹ ਗੱਲ ਮੰਨੀ ਆ ਇਸ ਬੰਦੀ ਮੈਂ ਇਹਦੀ ਆਪਣਾ ਜਿਹੜਾ ਆੜਤੀ ਹੈਗਾ ਇਹਦੀ ਸ਼ਿਕਾਇਤ ਮਾਨਜੋਗ ਆਪਣੇ ਡਿਪਟੀ ਕਮਿਸ਼ਨਰ ਜੀ ਗਰਦਾਸਪੁਰ ਐਸ ਡੀ ਐਮ ਜੀ ਬਟਾਲਾ ਔਰ ਐਸਐਚਓ ਜੀ ਨੂੰ ਭੇਜ ਕੇ ਬੇਨਤੀ ਕੀਤੀ ਆ ਵੀ ਸਰ ਇਹਨੇ ਮੇਰੇ ਡਿਊਟੀ ਵਿੱਚ ਵਿਘਨ ਪਾਇਆ ਮੈਨੂੰ ਪਰੇਸ਼ਾਨ ਕਰ ਰਿਹਾ ਮੈਨੂੰ ਧਮਕੀਆਂ ਦੇ ਰਿਹਾ ਔਰ ਇੱਕ ਫੇਕ ਵੀਡੀਓ ਜਿਹੜੀ ਆ ਉਹ ਪ੍ਰੈਸ ਦੇ ਨਾਂ ਤੇ ਜਾਰੀ ਕਰਾਇ ਕਿ ਕੀਤੀ ਜਾ ਰਹੀ ਆ ਮੈਂ ਕੱਲ ਨੂੰ ਫੇਰ ਦੁਬਾਰਾ ਸਬਜੀ ਮੰਡੀ ਵਿੱਚ ਸੇਰੇ ਆਣਾ ਮੈਨੂੰ ਇੱਥੋਂ ਖਤਰਾ ਵਾ ਮੈਨੂੰ ਇੱਥੋਂ ਬਚਾਓ ਸਾਹਿਬ ਦੇ ਹੁਕਮਾਂ ਦੇ ਨਾਲ ਤੁਹਾਡੇ ਜਿਹੜੇ ਆਪਣਾ ਕਰਫਿਊ ਪਾਸ ਆ ਉਹ ਤੁਹਾਨੂੰ ਜਾਰੀ ਕਰ ਦਿੱਤੇ ਆ ਤੁਸੀਂ ਮੈਨੂੰ ਹੱਥ ਖੜੇ ਕਰਕੇ ਦੱਸੋ ਸਬਜ਼ੀ ਮਾਰਕੀਟ ਕਮੇਟੀ ਓਮ ਪ੍ਰਕਾਸ਼ ਜੱਠੇ ਨੇ ਤੁਹਾਡੇ ਕੋ ਕੋ ਪੈਸਾ ਲਿਆ ਇਸ ਕੰਮ ਦਾ ਨਹੀਂ ਲਿਆ ਨਹੀਂ ਲਿਆ ਨਹੀਂ ਲਿਆ ਤਾਂ ਫਿਰ ਕਰੋ ਹੱਥ ਖੜੇ ਨਹੀਂ ਲਿਆ ਇੱਥੇ ਹੀ ਬਸ ਨਹੀਂ ਜੇ ਕਿਸੇ ਨੂੰ ਮੈਨੂੰ ਕੋ ਪਰੇਸ਼ਾਨ ਕੀਤਾ ਜਾਂ ਕਿਸੇ ਕੋਲੋਂ ਮੈਨੂੰ ਕੋ ਪੈਸਾ ਮੰਗਿਆ ਜਾਂ ਚਾਹ ਦਾ ਕੱਪ ਪੀਤਾ ਤੇ ਉਹ ਵੀ ਅੱਜ ਦੱਸੋ ਬਾਹਰ ਖੜੀ ਕਰੋ ਵੀ ਸਬਜ਼ੀ ਨਹੀਂ ਲਿਆ ਨਹੀਂ ਨਹੀਂ ਲਿਆ ਤੂੰ ਭਰਾਓ ਪੈਸਾ ਲਿਆ ਤੁਹਾਡੇ ਕੋ ਨਹੀਂ ਲਿਆ ਮੈਂ ਹੁਣ ਇਹ ਸਫਾਈ ਕਰਾ ਰਿਆ ਸੀ ਸਬਜ਼ੀ ਮੰਡੀ ਦੇ ਵਿੱਚ ਹਾਂਜੀ ਉੱਥੇ ਇੱਕ ਪਾਟੀਆਂ ਆਰਪੀ ਜਿਹੜੇ ਹੈਗੇ ਆ ਉਹ ਇੱਕ ਵੀਡੀਓ ਤਿਆਰ ਕਰਨ ਦੇ ਵੀ ਚੱਠਾ ਸਾਹਿਬ ਤੁਹਾਡਾ 15000 ਆ ਤੁਸੀਂ 20 ਮੰਗਣ ਦੇ ਹੋ ਭਰਾਓ ਅਸੀਂ ਕੋਈ ਪੈਸਾ ਲਿਆ ਤੁਹਾਡੇ ਕੋ ਨਹੀਂ ਮੇਰੇ ਨਾਲ ਕੱਲ ਨੂੰ ਖੜੋ ਜਾਓਗੇ ਬਿਲਕੁਲ ਝੂਠੀ ਗੱਲ ਆਪਾਂ ਕਨਾਮ ਕਰਦੇ ਆ ਤੇ ਹੁਣ ਇੱਥੇ ਆਪਣਾ ਪ੍ਰਚਾਰ ਕਾਰਵਾਈ ਕਰਦੇ ਆ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ